ਇਸ ਟਾਈਮ ਇੱਕ ਅੱਛੀ ਨਿਊਜ਼ ਹੈ ਕਿ ਪਿਛਲੇ 7-8-10 ਦਿਨ ਤੋਂ ਆਸਟ੍ਰੇਲੀਆ ਦੇ ਵੀਜ਼ੇ ਆਉਣੇ ਸ਼ੁਰੂ ਹੋ ਗਏ, ਜਿਹੜੇ ਬੱਚਿਆਂ ਦੀ ਫਾਈਲਾਂ ਰੁਕੀ ਹੋਈਆਂ ਸੀਗੀਆਂ ਉਹਨਾਂ ਦੇ ਫਾਈਨਲ ਰਿਜ਼ਲਟ ਆ ਰਹੇ ਔਰ ਰਿਜ਼ਲਟ ਜ਼ਿਆਦਾਤਰ ਅੱਛੇ ਆ ਰਹੇ ਆ। ਮਤਲਬ ਇੱਦਾਂ ਦੇ ਵੀ ਵੀਜ਼ੇ ਆਏ ਕਿ ਬਿਲਕੁਲ ਆਰਟਸ ਦਾ ਬੱਚਾ, 3 ਸਬਜੈਕਟ ਹੈ, ਸਟੇਟ ਬੋਰਡ ਦਾ ਪਾਸ ਆਊਟ ਹੈ, ਕਾਲਜ ਦੇ ਵਿੱਚ ਬੱਚਾ ਹੈ, ਲੈਵਲ 3 ਕਾਲਜ, ਉਹਨਾਂ ਦੇ ਵੀ ਵੀਜ਼ੇ ਆਏ ਆ, ਯੂਨੀਵਰਸਿਟੀਆਂ ਦੇ ਵੀ ਆਏ ਆ। ਅਤੇ ਓਵਰਆਲ ਜਾ ਕੇ ਕੁਛ ਪੋਜ਼ਿਟਿਵਿਟੀ ਆਈ ਹੈ ਮਾਰਕੀਟ ਦੇ ਵਿੱਚ। ਹੁਣ ਮੈਕਸੀਮਮ ਬੱਚਾ ਇਸ ਟਾਈਮ ਆਸਟ੍ਰੇਲੀਆ ਜਾਣਾ ਚਾਹੁੰਦਾ ਤਾਂ ਉਹਨਾਂ ਦੇ ਵਾਸਤੇ ਇੱਕ ਅੱਛੀ ਨਿਊਜ਼ ਹੈ। ਇੱਕ ਮੈਂ ਇਹ ਵੀ ਦੱਸਦਾ ਕਿ ਆਇਲਸ, ਟੋਫਲ, PT, ਵਟਐਵਰ ਸਟੂਡੈਂਟ ਵਾਂਟ ਟੂ ਡੂ, ਆਪਣੇ ਸਟੂਡੈਂਟ ਵਾਸਤੇ, ਐਨਰੋਲਡ ਸਟੂਡੈਂਟ ਵਾਸਤੇ ਨੈਵੀਗੇਟਰ ਟੋਟਲ ਫਰੀ ਆਫ ਕਾਸਟ ਕੋਚਿੰਗ ਦਿੰਦਾ। ਵੀ ਡੋਂਟ ਚਾਰਜ ਐਨੀਥਿੰਗ ਫਰੋਮ ਦਾ ਸਟੂਡੈਂਟ। ਔਰ ਇਹ ਹੈ ਕਿ ਗਰੰਟੀਡ ਰਿਜ਼ਲਟ, ਸਭ ਤੋਂ ਇੰਪਾਰਟੈਂਟ ਕੀ ਹੈ ਕਿ ਤੁਹਾਡੇ ਰਿਜ਼ਲਟ ਗਰੰਟੀਡ ਹੋਣੇ ਚਾਹੀਦੇ, ਉਹਦੀ ਸਾਡੀ ਗਰੰਟੀ ਹੈ। ਜਿਹੜੇ ਬੱਚਿਆਂ ਦੇ ਹੁਣ ਇਗਜ਼ਾਮ ਜਿਹਨਾਂ ਦੇ ਕਲੀਅਰ ਹੋਏ ਆ +2 ਦੇ, ਜਾਂ ਆਉਣ ਵਾਲੇ ਟਾਈਮ 'ਚ ਗ੍ਰੈਜੂਏਸ਼ਨ ਵਾਲੇ ਬੱਚੇ ਹੋਣਗੇ, ਉਹਨਾਂ ਦੇ ਵਾਸਤੇ ਇੱਕ ਅੱਛੀ ਨਿਊਜ਼ ਹੈ। ਹੁਣ ਜਿਹੜੇ 23 ਦੇ ਪਾਸ ਆਊਟ ਬੱਚੇ ਆ ਉਹਨਾਂ ਦੇ ਕੋਲ ਬਹੁਤ ਥੋੜ੍ਹਾ ਟਾਈਮ ਬਚਿਆ, ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਇਸ ਟਾਈਮ ਬਹੁਤ ਲਾਸਟ ਮੂਮੈਂਟ ਦੀ ਐਡਮਿਸ਼ਨ ਹੈ ਜੇ ਸਟੂਡੈਂਟਸ ਕਰਨਾ ਚਾਹੁਣ। ਜਿਹੜੇ ਬਚ ਗਏ ਆ, ਨਹੀਂ ਕਰ ਸਕੇ ਕਿਸੇ ਵਜ੍ਹਾ ਨਾਲ, ਉਹ ਅਪਲਾਈ ਇਮੀਡੀਏਟ ਕਰ ਸਕਦੇ ਆ। 24 ਪਾਸ ਆਊਟ ਵਾਲੇ ਜਿਹੜੇ ਆ ਉਹ ਉਹਨਾਂ ਦੇ ਰਿਜ਼ਲਟ ਆ ਚੁੱਕੇ ਆ ਆਇਲਸ ਦੇ, PT ਦੇ, ਜੋ ਵੀ, ਉਹ ਵੀ ਇਮੀਡੀਏਟ ਅਪਲਾਈ ਕਰ ਸਕਦੇ ਆ। ਅਦਰਵਾਈਜ਼ ਉਹ ਨਵੰਬਰ ਵਾਲੇ ਇਨਟੇਕ 'ਚ, ਜਿੱਦਾਂ ਤੁਸੀਂ ਕਿਹਾ। ਹੁਣ ਕੋਰਸ ਚੋਣ ਦੀ ਆਪਾਂ ਗੱਲ ਕਰੀਏ, ਕੋਰਸ ਚੋਣ ਦਾ ਤਾਂ ਪਹਿਲੀ ਆਸਟ੍ਰੇਲੀਅਨ ਗਵਰਨਮੈਂਟ ਨੇ ਕਹਿ ਦਿੱਤਾ ਕਿ ਜਿਹੜੀ ਸਕਿੱਲ ਆਕੂਪੇਸ਼ਨ ਲਿਸਟ ਆ, ਜਿਹੜੇ ਸਾਡੇ ਕੋਲ ਸ਼ੋਰਟੇਜ ਹੈ, ਉਹਦੇ ਵਾਸਤੇ ਹੁਣ ਤੁਸੀਂ ਬਿਲਕੁਲ ਓਨੈਸਟਲੀ SOP ਵਿੱਚ ਕਹਿ ਸਕਦੇ ਹੋ ਕਿ ਮੈਨੂੰ ਉੱਥੇ ਜੋਬ ਮਿਲੀ ਔਰ ਜੇ ਮੈਨੂੰ ਉੱਥੇ ਮੌਕਾ ਮਿਲਿਆ ਤਾਂ ਆਈ ਕੈਨ ਅਵੇਲ ਦਿਸ ਓਪਰਚੁਨਿਟੀ, ਮੈਂ ਉੱਥੇ ਸੈਟਲ ਹੋ ਸਕਦਾ। ਅਤੇ ਉਹ ਇੱਕ ਬਹੁਤ ਬੜੀ ਪੋਜ਼ਿਟਿਵ ਨਿਊਜ਼ ਹੈ ਸਟੂਡੈਂਟਸ ਵਾਸਤੇ। ਨਹੀਂ ਤਾਂ ਜੇ ਬੱਚੇ ਨੇ ਉੱਥੇ ਸੈਟਲ ਵੀ ਹੋਣਾ ਹੋਏ ਤਾਂ ਉਹ ਕਹਿੰਦਾ ਸੀ ਮੈਂ ਵਾਪਸ ਇੰਡੀਆ ਆਉਣਾ। ਹੁਣ ਕੋਰਸਿਸ ਜਿਹੜੇ ਹਮੇਸ਼ਾ ਆਲ ਇੰਜੀਨੀਅਰਿੰਗ ਕੋਰਸਿਸ ਆਰ ਇਨ ਸਕਿੱਲ ਆਕੂਪੇਸ਼ਨ ਲਿਸਟ, ਜਾਂ ਜਿਹੜੇ ਇਹਨਾਂ ਦੇ ਸ਼ੋਰਟੇਜ ਲਿਸਟ ਹੈ, ਅਤੇ ਉਹ ਸਾਰੇ ਹੀ ਸਟੂਡੈਂਟ ਜਿਹੜੇ ਇੱਦਾਂ ਦੇ ਕੋਰਸਿਸ, ਕਿਉਂਕਿ ਹਰ ਪ੍ਰੋਫਾਈਲ ਦਾ ਕੋਰਸ ਅਲੱਗ ਹੋਏਗਾ। IT ਦੇ ਵਿੱਚ ਵੀ ਬਹੁਤ ਸਾਰੀ ਹੁਣ ਕੈਟਾਗਰੀਜ਼ ਹੋ ਚੁੱਕੀਆਂ। IT ਦੇ ਵਿੱਚ ਤਾਂ ਅਨਲਿਮਿਟਿਡ ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਸਿਕਿਉਰਿਟੀ, ਡਾਟਾ, ਮਤਲਬ ਬੜਾ ਕੁਛ ਹੈ IT ਦੇ ਵਿੱਚ। ਦੈਨ ਤੁਹਾਡੇ ਇੰਜੀਨੀਅਰਿੰਗ ਦੇ ਵਿੱਚ ਹੋਰ ਬਹੁਤ ਸਾਰੇ ਇਲੈਕਟ੍ਰੀਕਲ, ਮਕੈਨੀਕਲ, ਕੰਸਟਰਕਸ਼ਨ, ਇਹਨਾਂ ਦੇ ਰਿਲੇਟਿਡ ਹੈ। ਜ਼ਿਆਦਾਤਰ ਜਿਹੜਾ ਇਸ ਟਾਈਮ ਸਕੋਪ ਹੈ ਉਹ ਸਾਰਾ ਇੰਜੀਨੀਅਰਿੰਗ ਦਾ। ਤੁਸੀਂ ਜੋ ਮਰਜ਼ੀ ਸਟੇਟ ਚੱਕ ਲਓ, ਇੰਜੀਨੀਅਰਸ ਦੇ ਉੱਥੇ ਸ਼ੋਰਟੇਜ ਹੈ। ਵੈਸਟਰਨ ਆਸਟ੍ਰੇਲੀਆ ਵਿੱਚ ਤੁਸੀਂ ਦੇਖੋ ਮਾਈਨਿੰਗਸ ਦੀ, ਬਿਲਕੁਲ ਉਹਨਾਂ ਨੂੰ ਹਰ ਟਾਈਮ ਮਾਈਨਿੰਗ ਹੈ, ਅਤੇ ਇਲੈਕਟ੍ਰੀਕਲ ਵੀ ਹੈ, ਕੰਸਟਰਕਸ਼ਨ ਵੀ ਹੈ। IT ਤਾਂ ਹਮੇਸ਼ਾ ਹੀ ਹਮੇਸ਼ਾ $1 million ਐਡਿਥ ਕਵਨ ਯੂਨੀਵਰਸਿਟੀ ਨੇ, ਗਵਰਨਮੈਂਟ ਨੇ ਫੰਡਿੰਗ ਕੀਤੀ ਸੀ ਫੋਰ ਦਿਸ ਸਾਈਬਰ ਸਿਕਿਉਰਿਟੀ। ਹਰ ਸਟੇਟ ਦੀ ਆਪਣੀ ਇੱਕ ਸ਼ੋਰਟੇਜ ਚੱਲ ਰਹੀ ਹੈ, ਹਰ ਸਟੇਟ ਦੀ ਜਿਹੜੀ ਆਪਣੀ ਡਿਮਾਂਡ ਹੈ। ਕੋਰਸਿਸ ਤੁਸੀਂ ਅੱਛੇ ਲਓ, ਜੋ ਵੀ ਅੱਛਾ ਕੋਰਸ ਹੋਏਗਾ ਉਹਦੇ ਵਿੱਚ ਤੁਹਾਨੂੰ ਵੀਜ਼ਾ ਜ਼ਰੂਰ ਮਿਲੇਗਾ। ਐਂਡ ਤੁਸੀਂ ਬਿਲਕੁਲ ਧਿਆਨ ਲਗਾ ਕੇ ਆਪਣਾ ਆਇਲਸ, PT, ਟੋਫਲ ਜ਼ਰੂਰ ਕਰੋ, ਕਿਉਂਕਿ ਤੁਹਾਡੀ ਪਰਸੈਂਟੇਜ 60-65 ਮਿਨੀਮਮ ਪਰਸੈਂਟੇਜ ਹੈ +2 ਵਾਸਤੇ। ਗ੍ਰੈਜੂਏਸ਼ਨ ਵਾਸਤੇ ਜਿਹੜਾ 55-60-65% Section 3 ਯੂਨੀਵਰਸਿਟੀ ਹੈ ਤਾਂ 65, ਅਦਰਵਾਈਜ਼ 60 Section 1 ਯੂਨੀਵਰਸਿਟੀ ਹੈ ਤਾਂ 55-60 ਔਰ Section 2 ਦੀ ਵੀ 60, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਇੰਡੀਆ ਦੀ ਯੂਨੀਵਰਸਿਟੀ ਹੈ
ਉਹ ਸੈਕਸ਼ਨ 1, 2, 3 ਇੱਦਾਂ ਚੱਲਦੀਆਂ ਲੈ ਜਿੱਦਾਂ ਕਹਿਣਾ ਇਹ ਯੂਨੀਵਰਸਿਟੀ ਟੋਪ ਦੀ ਹੈ ਜਿਹੜੀ ਗਵਰਨਮੈਂਟ ਯੂਨੀਵਰਸਿਟੀ ਆ ਬੜੀ ਯੂਨੀਵਰਸਿਟੀ ਆ ਉਹ ਸਾਰੀ ਤੁਹਾਡੀ ਮੈਕਸੀਮਮ ਜਿਹੜੀ ਹੈ ਸੈਕਸ਼ਨ 1 ਜਾਂ ਲੈਵਲ 1 ਦੀਆਂ ਔਰ ਜਿਹੜੀ ਪ੍ਰਾਈਵੇਟ ਯੂਨੀਵਰਸਿਟੀ ਆ ਮੈਕਸੀਮਮ ਲੈਵਲ 3 'ਚ ਜਾ ਰਹੀਆਂ ਉਹਦੇ ਵਿੱਚ ਵਾਲੀ ਸਾਨੂੰ ਚੈੱਕ ਕਰਨੀ ਪੈਂਦੀ ਹੈ ਇਹ ਹਿਸਾਬ ਕਿਤਾਬ ਹੈ ਇਹਨਾਂ